ਹਾਂਜੀ ਦੋਸਤੋ ਮੈਂ ਬਿਤਕੋਸ਼ ਲੁਪਟਾ ਸਟੱਡੀ ਬ੍ਰਾਡ ਕੰਸਲਟੈਂਟ ਸਿੱਧਗੜ ਤੋਂ ਅੱਜ ਤੁਹਾਡੇ ਨਾਲ ਸ਼ੇਅਰ ਕਰਨ ਲੱਗੇ ਆ ਤਿੰਨ ਪੀਪੀਆਰ ਸਵਰੇ ਸਵਰੇ ਆਈਆਂ ਫੋਕਸ ਕਾਲਜ ਸਰੀ ਕੈਂਪਸ ਲੀਡਿੰਗ ਟੂ ਯੂਨੀਵਰਸਿਟੀ ਆਫ ਫਰੇਜ਼ਰ ਵੈਲੀ ਬੜੀ ਇੰਟਰਸਟਿੰਗ ਪ੍ਰੋਫਾਈਲਸ ਐ ਸਭ ਤੋਂ ਇੰਪੋਰਟੈਂਟ ਚੀਜ਼ ਇਹ ਹੈ ਕਿ ਫੋਕਸ ਕਾਲਜ ਦੇ ਵਿੱਚ ਇੱਕ ਸਾਲ ਦਾ ਬਿਜ਼ਨਸ ਡਿਪਲੋਮਾ ਕਰਕੇ ਤੁਸੀਂ ਇੱਕ ਸਾਲ ਦਾ ਜਿਹੜਾ ਸੈਕੰਡ ਇਅਰ ਹੈ ਉਹ ਯੂਨੀਵਰਸਿਟੀ ਆਫ ਫਰੇਜ਼ਰ ਵੈਲੀ ਚ ਕਰੋਗੇ ਯੂ ਕੁਆਲੀਫਾਈ ਫਾਰ ਪੋਸਟ ਸਟੱਡੀ ਵਰਕ ਪਰ ਯੂਨੀਵਰਸਿਟੀ ਆਫ ਫਰੇਜ਼ਰ ਵੈਲੀ ਇਜ਼ ਅ ਗਵਰਨਮ ਹੋਣੇ ਇਹ ਤਿੰਨ ਜਿਹੜੀਆਂ ਪੀਪੀਆਰਸ ਆਈਆਂ ਗੁਰਜੀਤ ਸਿੰਘ ਹੈ ਤਰਨਦੀਪ ਕੌਰ ਜੋਸ਼ਨ ਹੈ ਤੇ ਗੁਰਿੰਦਰ ਸਿੰਘ ਹੈ ਗੁਰਜੀਤ ਸਿੰਘ ਦੀ ਮੈਂ ਤੁਹਾਨੂੰ ਪ੍ਰੋਫਾਈਲ ਦੱਸਾਂ ਇਹ ਗੁਰਜੀਤ ਸਿੰਘ ਦੀਆਂ ਤਿੰਨ ਰਿਫਿਊਜ਼ਲ ਸੀਗੀਆਂ ਪਹਿਲਾਂ 2018 ਚ ਇਹਨਾਂ ਨੇ ਪਲੱਸ 2 ਕੀਤੀ ਸੀ ਉਸ ਤੋਂ ਬਾਅਦ ਕੁਝ ਨਹੀਂ ਸੀਗਾ ਆਈਲਸ 7 ਵਿਦ ਓਵਰਆਲ ਨਾਟ ਲੈਸ ਦੈਨ 6 ਤਾਂ ਗੁਰਜੀਤ ਦਾ ਤਿੰਨ ਰਿਫਿਊਜ਼ਲਾਂ ਤੋਂ ਬਾਅਦ ਇਹਨਾਂ ਨੇ ਫੇਰ ਪਹਿਲਾਂ ਬਾਕੀ ਜਗ੍ਹਾ ਟਰਾਈ ਕੀਤਾ ਨਹੀਂ ਬਣੀ ਗੱਲ ਦੇ ਪਰ ਸਾਡੇ ਕੋਲ ਆਏ ਤੇ ਇਹਨਾਂ ਨੇ ਫੋਕਸ ਕਾਲਜ ਦੇ ਵਿੱਚ ਅਪਲਾਈ ਕੀਤਾ ਤੇ ਵੀਜ਼ਾ ਆ ਗਿਆ ਮੈਨੀ ਕੰਗratulations ਗੁਰਜੀਤ ਦੂਜੀ ਵੀ ਮੈਂ ਇਹਦੇ ਤੇ ਲਿਖੀ ਦੂਜੀ ਤਰਨਦੀਪ ਕੌਰ ਜੋਸ਼ਨ ਹੈ ਇਹ ਉੱਤਰਾਖੰਡ ਦੇ ਰਹਿਣ ਵਾਲੇ ਤਰਨਦੀਪ ਕੌਰ ਜੋਸ਼ਨ ਇਹਨਾਂ ਦੀ ਹੈ ਵੀ ਦੋ ਰਿਫਿਊਜ਼ ਲਾ ਸੀਗੇ ਪਹਿਲਾਂ ਆ ਤਰਨਦੀਪ ਦੀ ਪੀਪੀਆਰ ਹੈ ਇਹਨਾਂ ਦਾ 2020 ਦੇ ਵਿੱਚ ਪਲੱਸ 2 ਪਾਸ ਹੈ ਉਸ ਤੋਂ ਬਾਅਦ ਇਹਨਾਂ ਨੇ ਆਈ ਫਾਈਲਿੰਗ ਲਗਾ ਰਹੀ ਸੀ ਆਲਸ ਓਵਰঅল 6.5 ਨੋ ਬਲਡ ਐਸ 6 ਹੈ ਥਰਡ ਜਿਹੜੀ ਅਪਰੂਵਲ ਆਈ ਹੈ ਪੀਪੀਆਰ ਆਈ ਹੈ ਇਹ ਹੈਗਾ ਗੁਰਿੰਦਰ ਸਿੰਘ ਗੁਰਿੰਦਰ ਸਿੰਘ ਨੇ 2020 ਦੇ ਵਿੱਚ ਆਪਣੀ ਪਲੱਸ 2 ਪਾਸ ਕੀਤੀ ਸੀ ਇੱਕ ਰਿਫਿਊਜ਼ਲ ਸੀ ਇਹਨਾਂ ਦੀ ਤੇ ਓਵਰਆਲ 6 ਇਚ 6 ਤੋਂ ਇਹ ਤਿੰਨੇ ਜਿਹੜੀਆਂ ਅਪਰੂਵਲ ਤਿੰਨੋਂ ਹੀ ਫੋਕਸ ਕਾਲਜ ਡਿਪਲੋਮਾ ਆਫ ਬਿਜ਼ਨਸ ਲੀਡਿੰਗ ਟੂ ਡਿਪਲੋਮਾ ਆਫ ਅਸੋਸੀਏਟ ਆਫ ਆਰਟਸ ਇਨ ਬਿਜ਼ਨਸ ਵਾਲਾ ਜਿਹੜਾ ਕੋਰਸ ਹੈ ਉਹ ਯੂਨੀਵਰਸਿਟੀ ਆਫ ਫਰੇਜ਼ਰ ਵੈਲੀ ਦੇ ਨਾਲ ਆਪਸ ਦੇ ਵਿੱਚ ਅਰੇਂਜਮੈਂਟ ਹੈਗਾ ਤੇ ਮੈਨੀ ਮੈਨੀ ਕੰਗ੍ਰੈਚੁਲੇਸ਼ਨਸ ਔਰ ਜਿਵੇਂ ਤੁਸੀਂ ਜਾਣਦੇ ਹੋ ਅਗਰ ਤੁਸੀਂ ਫੋਕਸ ਕਾਲਜ ਦੇ ਵਿੱਚ ਐਡਮਿਸ਼ਨ ਲੈਣਾ ਚਾਹੁੰਦੇ ਹੋ ਨੈਕਸਟ ਇਨਟੇਕ ਅਵੇਲੇਬਲ ਜਿਹੜਾ ਹੈਗਾ ਨੋਵੇmber ਇਨਟੇਕ ਹੈਗਾ ਤੇ ਤੁਸੀਂ ਜ਼ਰੂਰ ਸਾਨੂੰ ਕੰਟੈਕਟ ਕਰ ਸਕਦੇ ਹੋ ਇਹ ਜਿਹੜੇ ਨੰਬਰ ਦਿੱਤੇ ਹੋਏ ਇਹਨਾਂ ਤੇ ਕਾਲ ਕਰ ਸਕਦੇ ਹੋ ਔਰ ਬਜਾਏ ਦੇ ਕਿ ਅੰਦਰ ਉੱਦਰ ਤੱਕੇ ਖਾ ਕੇ ਫੀਸਾਂ ਪਾ ਕੇ ਫਿਰ ਉਹ ਤੋਂ ਬਾਅਦ ਰਿਫੰਡ ਦੇ ਵਿੱਚ ਸੌ ਚੀਜ਼ਾਂ ਹੁੰਦੀਆਂ ਉਸ ਚੀਜ਼ ਨੂੰ ਅਵੋਇਡ ਕਰਨ ਲਈ ਤੁਸੀਂ ਕਾਲ ਕਰੋ ਫੋਕਸ ਕਾਲਜ ਦੇ ਵਿੱਚ ਅਪਲਾਈ ਕਰੋ ਔਰ ਬਹੁਤ ਜਲਦੀ ਫੋਕਸ ਕਾਲਜ ਦੀ ਇੱਕ ਬਹੁਤ ਅੱਛੀ ਨਿਊਜ਼ ਜਿਹੜੀ ਹੈ ਉਹ ਤੁਹਾਨੂੰ ਦਵਾਂਗੇ ਤੇ ਉਦੋਂ ਤੱਕ ਦੇਖਦੇ ਰਹੋ ਅਗਰ ਤੁਸੀਂ 6 ਅਹਾਂ 10 ਤਰੀਕ ਤੋਂ ਬਾਅਦ ਜਿਹੜੀ ਨਵੀਂ ਗਾਈਡਲਾਈਨ ਹੈ ਉਹ ਵੀ ਚੇਂਜ ਹੋ ਜਾਏਗੀ ਤੇ ਆਈ ਥਿੰਕ ਮੈਨੀ ਆਫ ਯੂ ਵਿਲ ਕੁਆਲੀਫਾਈ ਫਾਰ ਐਸਟੀਐਸ ਕੈਟਾਗਰੀ ਔਰ ਵੈਂਗ ਆਪਣਾ ਵੈਂਕੂਵਰ ਸਰੀ ਇਸ ਆਈ ਥਿੰਕ ਇਸ ਵਨ ਆਫ ਦਾ ਟਾਪ ਲੋਕੇਸ਼ਨਸ ਅਗਰ ਮੈਂ ਕਲਾਈਮੇਟ ਦੀ ਗੱਲ ਕਰਾਂ ਕੈਨੇਡਾ ਦੇ ਵਿੱਚ ਤੇ देर ਨਾ ਕਰੋ ਜੀ ਨੰਬਰ ਇੰਟੇਕ ਬੱਸ अराउंड द ਕੋਰਨਰ ਇਮੀਡੀਏਟਲੀ ਫਾਈਲ ਆਪਣੀ ਸਬਮਿਟ ਕਰੋ ਥੈਂਕ ਯੂ ਸੋਮ